ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਾਡੀ ਪੂਰੀ ਟੀਮ ਦੇ ਵੱਲੋਂ ਪਿਆਰ ਸਤਿਕਾਰ ਤੇ ਦੁਆਵਾਂ। ਜਦੋਂ ਵੀ ਸਾਡੇ ਸੱਭਿਆਚਾਰ ਤੇ ਪੱਛਮੀ ਸੱਭਿਆਚਾਰ ਦੀ ਧੁੱਪ ਅਸਰ ਕਰਨ ਲੱਗਦੀ ਹੈ ਤਾਂ ਸਾਡਾ ਬਾਬਾ ਬੋੜ ਵਾਂਗਰਾਂ ਛਾ ਕਰ ਲੈਂਦਾ। ਜੀ ਹਾਂ ਦੋਸਤੋ, ਮੈਂ ਗੱਲ ਕਰ ਰਿਹਾ ਗੁਰਦਾਸ ਮਾਨ ਸਾਹਿਬ ਦੀ। ਜਦੋਂ ਵੀ ਸਾਡੇ ਸੱਭਿਆਚਾਰ ਨੂੰ ਕੋਈ ਊਣ-ਕਾਣ ਹੋਣ ਲੱਗਦੀ ਹੈ ਤਾਂ ਸਾਡਾ ਬਾਬਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਚਾਹੇ ਉਹ ਗੀਤ ਹੋਵੇ ਚਾਹੇ ਉਹ ਫਿਲਮ ਦੇ ਰੂਪ ਦੇ ਵਿੱਚ ਹੋਵੇ, ਸਾਡੇ ਦਰਮਿਆਨ ਆਉਂਦੇ ਰਹਿੰਦੇ ਨੇ। ਉਸੇ ਲੜੀ ਦੇ ਤਹਿਤ ਸਾਡਾ ਬਾਬਾ ਸਾਡੇ ਵਿੱਚ ਲੈ ਕੇ ਆ ਰਿਹਾ ਨਨਕਾਣਾ। ਆਓ ਤੁਹਾਨੂੰ ਨਨਕਾਣਾ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਲੈ ਕੇ ਚੱਲੀਏ। ਪ੍ਰੈਸ ਕਾਨਫਰੰਸ ਦੇ ਵਿੱਚ ਸ਼ਿਰਕਤ ਕਰਨ ਵਾਲੇ ਸਾਰੇ ਮੀਡੀਆ ਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ, ਤੁਸੀਂ ਆਪਣਾ ਕੀਮਤੀ ਵਕਤ ਕੱਢ ਕੇ ਸਾਡੀ ਫਿਲਮ ਦੀ ਜਾਣਕਾਰੀ ਲਈ, ਲੋਕਾਂ ਤੱਕ ਪਹੁੰਚਾਉਣ ਲਈ ਜੋ ਤੁਸੀਂ ਖਿੱਚਲ ਕੀਤੀ ਹੈ, ਉਸ ਲਈ ਮੈਂ ਬਹੁਤ ਬਹੁਤ ਧੰਨਵਾਦ ਹਾਂ। ਆਪਣੀ ਟੀਮ ਵੱਲੋਂ ਪੂਰੀ ਦੀ ਪੂਰੀ ਸ਼ਾਹਿਸ਼ਾਹ ਪ੍ਰੋਡਕਸ਼ਨ ਜੇ ਇਹ ਧਰਮ ਨਾਲ ਜੁੜੀ ਹੁੰਦੀ ਤਾਂ ਫਿਰ ਇਹਦਾ ਨਾਮ ਨਨਕਾਣਾ ਸਾਹਿਬ ਹੋਣਾ ਚਾਹੀਦਾ ਸੀ। ਇਸ ਕਰਕੇ ਨਨਕਾਣਾ ਅਬਾਊਟ ਦਾ ਰਿਲੀਜਨ ਛੋਟਾ ਜਿਹਾ ਇਸੇ ਕਰਕੇ ਦਿੱਤਾ ਕਿ ਇਹ ਸਾਰੇ ਧਰਮਾਂ ਤੋਂ ਇਨਸਾਨੀਅਤ ਸਭ ਤੋਂ ਵੱਡਾ ਧਰਮ ਜੇ ਮੰਨੀਏ ਤਾਂ। ਨਾ ਹਿੰਦੂ ਬੁਰਾ ਹੈ, ਨਾ ਮੁਸਲਮਾਨ ਬੁਰਾ ਹੈ, ਆ ਜਾਏ ਬੁਰਾ ਹੈ, ਤੁਹਾਡੇ ਇਨਸਾਨ ਬੁਰਾ ਹੈ। ਇਸੇ ਨੂੰ ਬੇਸ 'ਤੇ ਰੱਖੀ ਹੋਈ ਇਹ ਫਿਲਮ 1945 ਤੋਂ ਲੈ ਕੇ 1947 ਦੇ ਵਿੱਚ ਵਿੱਚ ਜੋ ਜੋ ਹੋਇਆ ਇਹ ਉਸ ਦੀ ਕਹਾਣੀ ਹੈ, ਜਿਸ ਨੂੰ ਪਰੋਇਆ ਹੈ ਪੂਜਾ ਗੁਜਰਾਲ ਜੀ ਨੇ, ਔਰ ਜਿਸ ਦਾ ਮਿਊਜ਼ਿਕ ਜਤਿੰਦਰ ਸ਼ਾਹ ਜੀ ਨੇ ਦਿੱਤਾ, ਔਰ ਅਨਸ ਮੇਰੇ ਨਾਲ ਇੱਕ ਕਿਰਦਾਰ ਨਿਭਾਉਣ ਵਾਲੇ ਸਾਥੀ ਨੇ, ਔਰ ਕੌਸ਼ਿਕ ਜੀ ਇਹ ਮੇਰੀ ਫਿਲਮ ਦੀ ਹੀਰੋਇਨ, ਔਰ ਇਹ ਸਾਡੀ ਮਨਜੀਤ ਮਾਨ ਲਾਈਫ ਦੀ ਹੀਰੋਇਨ। ਸੋ ਫਿਲਮ ਦੀ ਸਟੋਰੀ ਨੂੰ ਜੋ ਜਿਸ ਤਰ੍ਹਾਂ ਲਿਖਿਆ ਸੀ ਉਸਨੂੰ ਬਣਾ ਸਵਾਰ ਕੇ ਪੇਸ਼ ਕਰਨਾ ਇੱਕ ਡਾਇਰੈਕਟਰ ਦਾ ਕੰਮ ਹੈ, ਔਰ ਡਾਇਰੈਕਟਰ ਨੇ ਬਾਖੂਬੀ ਇਸ ਨੂੰ ਨਿਭਾਇਆ। ਮੇਰੇ ਖਿਆਲ ਇਸ ਟੀਮ ਨੇ ਹਰ ਇੱਕ ਛੋਟੇ ਤੋਂ ਲੈ ਕੇ ਵੱਡੇ ਕਿਰਦਾਰ ਤੱਕ ਜਿਸਨੇ ਵੀ ਨਿਭਾਇਆ ਬਹੁਤ ਅੱਛਾ ਨਿਭਾਇਆ, ਔਰ ਤੋ ਬਾਕੀ ਅੱਗੇ ਤੇਰੇ ਭਾਗ ਵਿੱਚ ਹੀ। ਮੇਰਾ ਖਿਆਲ ਉਹਦੇ 'ਚ ਬਲੈਕ ਐਂਡ ਵਾਈਟ ਸੀ, ਇੰਨਾ ਕੀਤੀ ਕਹਾਣੀ ਕਿਉਂਕਿ ਉਸ ਸਮੇਂ ਦੀ ਹੈ ਤਾਂ ਨੈਚੁਰਲੀ ਉਸ ਵਰਗਾ ਤਾਂ ਹੋਣਾ ਹੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਵੈਰੀ ਮੱਚ ਜੀ, ਤੁਸੀਂ ਸਾਰੇ ਇੱਥੇ ਆਏ, ਵੈਰੀ ਵੈਰੀ ਬਹੁਤ ਅਸੀਂ ਥੈਂਕਫੁਲ ਹੈਗੇ ਹਾਂ ਨਨਕਾਣਾ ਜੀ ਤੋਂ। ਸਰ ਸਟੋਰੀ, ਹਾਂਜੀ 1941-47 ਦੇ ਪੀਰੀਅਡ ਦੀ ਜ਼ਰੂਰ ਹੈਗੀ, ਬਟ ਜਿਹੜਾ ਸਾਡਾ ਇੱਕ ਅਟੈਂਪਟ ਹੈਗਾ ਕਿ ਅਸੀਂ ਉਸ ਟੋਪਿਕ ਨੂੰ ਛੇੜਿਆ ਜਿਹੜੇ ਅੱਜ ਵੀ ਬਹੁਤ ਰੈਲੀਵੈਂਟ ਹੈਗਾ। ਵੀ ਆਲ ਨੋ ਅੱਜ ਕੱਲ੍ਹ ਦੁਨੀਆਂ 'ਚ ਕੀ ਹੋ ਰਿਹਾ ਹੈ, ਸਾਰੇ ਜਾਣਦੇ ਨੇ, ਰੋਜ਼ ਖਬਰਾਂ ਪੜ੍ਹਦੇ ਨੇ, ਅਤੇ ਜਿਹੜੇ ਮਾਨ ਸਾਹਿਬ ਨੇ ਕਿਹਾ ਕਿ ਹਿਊਮੈਨਿਟੀ ਜਿਹੜੀ ਰਿਲੀਜਨ ਸਭ ਦਾ ਹੋਣਾ ਚਾਹੀਦਾ ਹੈ, ਇੱਕ ਹਿੰਦੂ ਮੁਸਲਿਮ ਸਿੱਖ ਈਸਾਈ ਬਣਨ ਤੋਂ ਪਹਿਲਾਂ ਅਸੀਂ ਇਨਸਾਨ ਬਣੀਏ, ਉਹ ਬਹੁਤ ਜ਼ਰੂਰੀ ਹੈ। ਅਤੇ ਚਾਹੇ ਉਹ ਇਸ ਟਾਈਮ ਦੀ ਜਨਰੇਸ਼ਨ ਹੋਏ ਜਾਂ 40s ਦੀ ਜਨਰੇਸ਼ਨ ਹੋਏ, ਇਹ ਇੱਕ ਚੀਜ਼ ਹੈਗੀ ਜਿਹੜੀ ਸਭ ਨੂੰ ਸਮਝਣੀ ਚਾਹੀਦੀ ਹੈ। ਇਹ ਬੱਚਾ ਬੱਚਾ ਪਿਆਰ ਅਤੇ ਮੁਹੱਬਤ ਨੂੰ ਐਕਸੈਪਟ ਕਰੇ, ਫਰਕ ਨਹੀਂ ਪੈਂਦਾ ਅਸੀਂ 2018 'ਚ ਹੋਈਏ ਜਾਂ 40s। ਲਵ ਸ਼ੁੱਡ ਬੀ ਆਰ ਰਿਲੀਜਨ, ਹਿਊਮੈਨਿਟੀ ਸ਼ੁੱਡ ਬੀ ਆਰ ਰਿਲੀਜਨ। ਸਰ ਹਰ ਫਿਲਮ ਇੱਕ ਰੀਅਲ ਲਾਈਫ ਤੋਂ ਹੀ ਇੰਸਪਾਇਰ ਹੁੰਦੀ ਹੈ। ਅਸੀਂ ਜਿੰਨੀਆਂ ਫਿਲਮਾਂ ਦੇਖਦੇ ਹਾਂ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਇੱਦਾਂ ਦੀ ਘਟਨਾ ਕਦੇ ਹੋਈ ਸੀ, ਸੋ ਇਟ ਇਜ਼ ਇੰਸਪਾਇਰਡ। ਸਭ ਤੋਂ ਪਹਿਲਾਂ ਤਾਂ ਜਿਹੜੀ ਐਨਰਜੀ ਦੀ ਗੱਲ ਕੀਤੀ ਹੈ ਤੁਸੀਂ, ਇਹ ਐਨਰਜੀ ਤੁਹਾਡੇ ਪਿਆਰ ਸਤਿਕਾਰ ਦੀ ਐਨਰਜੀ ਹੈ। ਜਦੋਂ ਹਾਲ ਦੇ ਵਿੱਚ ਬੈਠੇ ਹੋਏ ਰੂਬਰੂ ਮੇਰੇ ਸਰੋਤੇ ਮੇਰੇ ਸਾਹਮਣੇ ਹੁੰਦੇ, ਉਸ ਜੋ ਐਨਰਜੀ ਉਹਨਾਂ ਦੀਆਂ ਅੱਖਾਂ ਦੇ ਜ਼ਰੀਏ, ਉਹਨਾਂ ਦੇ ਦਿਲ ਦੇ ਜ਼ਰੀਏ, ਉਹ ਇੰਨੀ ਸ਼ਿੱਦਤ ਨਾਲ, ਪਿਆਰ ਨਾਲ, ਖਲੂਸ ਨਾਲ ਸੁਣਨ ਵਾਸਤੇ ਆ ਰਹੀ, ਉਹ ਐਨਰਜੀ ਉਹਨਾਂ ਤੋਂ ਹੀ ਜਨਰੇਟ ਹੁੰਦੀ ਹੈ। ਸੋ
ਸੋ ਮੈਂ ਉਹਨਾਂ ਦਾ ਧੰਨਵਾਦ ਹੀ ਹਾਂ ਆਪਣੇ ਪਿਆਰ ਕਰਨ ਵਾਲਿਆਂ ਨੂੰ। ਔਰ ਬਾਕੀ ਰਹੀ ਨਵੀਂ ਨਸਲ ਦੇ ਗੀਤ ਸੰਗੀਤ ਬਾਰੇ, ਮੈਂ ਉਹਨਾਂ ਨੂੰ ਬਹੁਤ ਹਮੇਸ਼ਾ ਪਿਆਰ ਕਰਨਾ, ਕਿਉਂਕਿ ਉਹ ਆਪਣੇ ਤਰੀਕੇ ਨਾਲ ਬਹੁਤ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਜ਼ਿੰਦਾ ਰਹੇ। ਔਰ ਡਰੱਗਸ ਜਿਹੜੀਆਂ ਚੀਜ਼ਾਂ, ਇਹ ਤਾਂ ਅਸੀਂ ਗੀਤ ਦੇ ਵਿੱਚ ਵੀ ਜ਼ਿਕਰ ਕੀਤਾ ਸੀ, ਮੇਰਾ ਖਿਆਲ ਅੱਜ ਤੋਂ ਨਹੀਂ, ਜਦੋਂ ਵੀ ਮੈਂ ਸ਼ੁਰੂ ਕੀਤਾ ਸੀ ਉਦੋਂ ਤੋਂ ਹੀ ਕੀ ਬਣੂ ਦੁਨੀਆ ਦਾ ਬਹੁਤ ਪਹਿਲਾਂ ਲਿਖਿਆ ਸੀ, ਪਰ ਉਹਦੇ ਵਿੱਚ ਡਰੱਗ ਦਾ ਜ਼ਿਕਰ ਸੀਗਾ ਕਿ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਨਸ਼ਿਆਂ ਨੇ ਪੱਟ ਕੇ ਪੰਜਾਬੀ ਗੱਭਰੂ, ਕੜਕਣ ਹੱਡੀਆਂ ਵਜਾਉਣ ਡਲੋ, ਸਿਆਸਤਾਂ ਨੇ ਮਾਰ ਲਈ ਜਵਾਨੀ ਚੜ੍ਹਦੀ, ਦਿਲ ਮਿਲੇ ਕਿਤੇ ਜਾ ਕੇ ਕਿਤੇ ਲੜਦੀ, ਮਰ ਜਾਣੇ ਮਾਨਾ ਕੀ ਭਰੋਸਾ ਕਰ, ਬੁਰਾ ਨਹੀਂ ਮਨਾਈ ਦਾ ਕਿਸੇ ਦੀ ਗੱਲ ਦਾ, ਕਰ ਕਹਿ ਗਏ ਨੇ ਲੋਕ ਸਿਆਣੇ ਕੀ ਬਣੋ ਦੁਨੀਆ ਦਾ ਸੱਚੇ ਪਾਤਸ਼ਾਹ ਵਾਹ ਨੂੰ ਜਾਣੇ। ਰੋਜ਼ੀ ਆ ਗਈ ਪਹਿਲੇ ਤੋਂ, ਨਮਸਕਾਰ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਫਕੋਰਸ ਲੈਂਗੁਏਜ ਇੱਕ ਮੇਰੇ ਲਈ ਬੈਰੀਅਰ ਹੈ, ਕਿਉਂਕਿ ਮੈਂ ਜਦ ਪੰਜਾਬੀ ਸਿਨੇਮਾ ਕਰਦੀ ਹੂੰ ਤਾਂ ਮੁਝੇ ਪੰਜਾਬੀ ਲੈਂਗੁਏਜ ਵੀ ਬੋਲਣੀ ਹੈ ਔਰ ਸਿੱਖਣੀ ਹੈ। ਆਈ ਥਿੰਕ ਪੰਜਾਬ ਕੀ ਇਹੀ ਸਬਸੇ ਖਾਸ ਬਾਤ ਹੈ, ਸਬਸੇ ਪਿਆਰੀ ਬਾਤ ਹੈ ਕਿ ਇਨਕੀ ਹੌਸਪਿਟੈਲਿਟੀ, ਪੰਜਾਬੀਓ ਕਾ ਜੋ ਆਪਣਾਪਨ ਹੋਤਾ ਹੈ ਕਿ ਬਾਹੇ ਖੋਲ ਕੇ ਆਪਕੋ ਵੈਲਕਮ ਕਰਤੇ ਹੈ ਔਰ ਬਿਲਕੁਲ ਆਪਕੋ ਯੇ ਫੀਲ ਨਹੀਂ ਕਰਾਤੇ ਕਿ ਆਪ ਬਾਹਰ ਗਏ ਹੋ, ਬਲਕਿ ਆਪਕੋ ਓਵਰ ਹੈਂਪਰ ਕਰ ਕਰਕੇ ਆਪਕੋ ਮੋਟਾ ਕਰ ਦੇਤੇ ਹੈ। ਇਨਕੀ ਹੌਸਪਿਟੈਲਿਟੀ ਐਸੀ ਹੋਤੀ ਹੈ। ਆਈ ਥਿੰਕ ਸਿਮਿਲਰਲੀ ਪੰਜਾਬੀ ਇੰਡਸਟਰੀ ਨੇ ਮੁਝੇ ਐਸੇ ਵੈਲਕਮ ਕੀਆ ਹੈ। ਅਫਕੋਰਸ ਪਹਿਲੀ ਫਿਲਮ ਮੇਂ ਰੋਲ ਡਿਫਰੈਂਟ ਥਾ, ਬਟ ਨਾਓ ਦ ਫਿਲਮਸ ਦੈਟ ਆਈ ਐਮ ਡੂਇੰਗ ਆਰ ਫੁੱਲ ਔਨ ਪੰਜਾਬੀ ਸਪੀਕਿੰਗ ਰੋਲਸ। ਮੇਰੀ ਟੀਮ ਇਤਨੀ ਸ਼ਾਨਦਾਰ ਹੈ, ਮੈਂ ਤਾਂ ਸ਼ਾਰਟ ਸੇ ਜਸਟ ਪਹਿਲੇ ਮਾਨ ਸਾਹਿਬ ਕੋ ਪੁੱਛਦੀ ਹੁੰਦੀ, ਸਰ ਸਰ ਇੱਕ ਮਿੰਟ ਇਸਕੋ ਜ਼ਰਾ ਬੜਾ ਕਿਆ ਥਾ ਬਤਾਈਏ, ਐਂਡ ਮਾਨ ਸਾਹਿਬ ਆਪਣੀ ਲਾਈਨੇ ਭੁੱਲ ਗਏ, ਮੁਝੇ ਕਰੈਕਟ ਕਰਵਾ ਦਿਓ। ਸੋ ਇਟਸ ਆਲ ਟੀਮ ਵਰਕ। ਆਪ ਲੋਕ ਜੋ ਦੇਖਤੇ ਹੈ ਪਰਦੇ ਪੇ ਦੇਖਤੇ ਹੈ ਯਾ ਆਪ ਲੋਕੋ ਕੋ ਯੂ ਨੋ ਇੱਕ ਅਲੱਗ ਇਮੇਜ ਹੋਤੀ ਹੈ ਆਫ ਐਵਰੀਥਿੰਗ, ਲੇਕਿਨ ਜਬ ਹਮ ਇੱਕ ਪ੍ਰੋਜੈਕਟ ਬਣਾਤੇ ਹੈ, ਜਬ ਹਮ ਇੱਕ ਫਿਲਮ ਬਣਾਤੇ ਹੈ ਯਾ ਕੋਈ ਵੀ ਇੱਕ ਚੀਜ਼ ਕ੍ਰੀਏਟ ਕਰਤੇ ਹੈ, ਤੋ ਅਫਕੋਰਸ ਦ ਕੈਪਟਨ ਆਫ ਦ ਸ਼ਿਪ ਇਜ਼ ਦ ਡਾਇਰੈਕਟਰ ਐਂਡ ਯੂ ਗਾਈਜ਼ ਹੈਵ ਟੂ ਸੀ ਦ ਐਕਟਰਸ, ਬਟ ਸਪੌਟ ਵਾਲੇ ਸੇ ਲੇਕਰ ਜੋ ਚਾਏ ਪਿਲਾਤਾ ਹੈ ਉਸਕਾ ਵੀ ਉਤਨਾ ਹੀ ਕੰਟ੍ਰਿਬਿਊਸ਼ਨ ਹੋਤਾ ਹੈ ਇੱਕ ਪ੍ਰੋਜੈਕਟ ਬਣਾਨੇ ਮੇਂ। ਇਨਫੈਕਟ ਹਮਾਰੀ ਫਿਲਮ ਹਮਨੇ 2018 ਮੇਂ ਜਹਾਂ ਪੂਰੇ ਇਲੈਕਟ੍ਰਿਸਿਟੀ ਕੇ ਪੋਲਸ ਐਂਡ ਹਰ ਜਗ੍ਹਾ ਬਾਈਕਸ ਗਾੜੀਆਂ ਬਿਲਕੁਲ ਆਜ ਕਾ ਮਾਹੌਲ ਹੈ ਨਾ, 1947 ਕ੍ਰੀਏਟ ਕਰਨਾ ਵੋ ਹਮਾਰੀ ਟੀਮ ਨੇ ਕੀਆ ਹੈ। ਆਪ ਡਾਇਰੈਕਟਰਸ ਨੇ ਮੈਮ ਕਾ ਇੱਕ ਵਿਜ਼ਨ ਹੋਤਾ ਥਾ ਕਿ ਮੁਝੇ ਯੇ ਚਾਹੀਏ, ਤੋ ਉਸਕੋ ਮਿੰਟੋ ਮੇਂ ਯਾ ਘੰਟੋ ਮੇਂ ਕ੍ਰੀਏਟ ਟੀਮ ਨੇ ਕੀਆ ਹੈ। ਸੋ ਆਈ ਥਿੰਕ ਦੈਟ ਇਜ਼ ਦ ਬੈਸਟ ਥਿੰਗ ਅਬਾਊਟ ਪੰਜਾਬ ਐਂਡ ਦ ਪੰਜਾਬੀ ਇੰਡਸਟਰੀ ਕਿ ਟੀਮ ਵਰਕ ਇਤਨਾ ਸਟਰੋਂਗ ਰਹਿੰਦਾ ਹੈ ਕਿ ਕਿਸੇ ਵੀ ਆਊਟਸਾਈਡਰ ਤੋਂ ਬਹੁਤ ਹੀ ਪਿਆਰ ਸੇ ਆਪਣਾ ਬਣਾ ਲੈਂਦੇ। ਪੰਜਾਬ ਦੀ ਮਿੱਟੀ ਭਾਵੇਂ ਕਿੰਨੇ ਵੀ ਲੱਚਰਤਾ ਦੇ ਸੋਕੇ ਵਿੱਚ ਦੱਬਦੀ ਰਹੇ, ਉਮੀਦ ਕਰਦੇ ਹਾਂ ਕਿ ਸਾਡਾ ਬਾਬਾ ਗੁਰਦਾਸ ਮਾਨ ਇਸ ਨੂੰ ਇਸੇ ਤਰ੍ਹਾਂ ਸੱਭਿਆਚਾਰਕ ਰੂਪ ਪਾਣੀ ਦੇ ਨਾਲ ਸਿੰਜਦਾ ਰਹੇਗਾ। ਤੁਸੀਂ ਕਿਤੇ ਨਹੀਂ ਜਾਣਾ, ਦੇਖਦੇ ਰਹੋ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।